Mrs. Nita Mukesh Ambani wins the Humanitarian Award, and there could be no better person to win this honor than she herself. I'm sure, Julia, you would love to say a few words in her honor. Reliance Foundation di chairperson Nita Ambani ne Miss World 2024 de final ch apni maujoodgi de naal sara da dhyan apne vall khichya. Event de vich ohna ne ik khaas banarsi saadi pehni hui si jis di khoobsurti dekh ke saryan da dhyan us saadi te Nita Ambani te hi atakya. Swadeshi tang de naal design kiti is saadi nu leke kaafi surkhiyan vi samne aaiyan ne. Saadi da har dhaga sone di zari ਅਤੇ ਭਾਰਤੀ ਰੇਸ਼ਮ ਦਾ ਬਣਿਆ ਹੋਇਆ ਹੈ। ਸਾੜੀ ਤੇ ਮੀਨਾਕਾਰੀ ਵਰਕ ਦੇ ਨਾਲ ਨਾਲ ਖੂਬਸੂਰਤ ਫੁੱਲਾਂ ਦਾ ਜਾਲ ਬਣਾਇਆ ਗਿਆ ਹੈ, ਜਿਸ ਨੂੰ ਹੋਰ ਵੀ ਸ਼ਾਹੀ ਦਿਖ ਦੇ ਰਿਹਾ ਹੈ। ਮਿਸ ਵਰਲਡ 2024 ਦੇ ਵਿੱਚ ਨੀਤਾ ਅੰਬਾਨੀ ਤੇ ਉਹਨਾਂ ਦੀ ਸਾੜੀ ਦੀ ਹੀ ਚਰਚਾ ਹੁੰਦੀ ਰਹੀ ਹੈ। ਇੱਥੇ ਵੀ ਦੱਸਿਆ ਜਾ ਰਿਹਾ ਹੈ ਕਿ ਹਰ ਧਾਗੇ ਤੇ ਨਮੂਨੇ ਦੇ ਪਿੱਛੇ ਮਾਸਟਰ ਕਾਰੀਗਰ ਮੁਹੰਮਦ ਇਸਲਾਮ ਨੇ, ਜਿਨ੍ਹਾਂ ਨੂੰ 45 ਦਿਨਾਂ ਦੀ ਸਖ਼ਤ ਮਿਹਨਤ ਲੱਗੀ ਹੈ ਇਸ ਸਾੜੀ ਨੂੰ ਤਿਆਰ ਕਰਨ ਦੇ ਵਿੱਚ। ਦੱਸਦੀਏ ਕਿ ਨੀਤਾ ਅੰਬਾਨੀ ਨੂੰ ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ ਦੇ ਵਿੱਚ 71ਵੇਂ ਮਿਸ ਵਰਲਡ ਫਿਨਾਲੇ ਦੇ ਵਿੱਚ ਮਾਨਵਤਾਵਾਦੀ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਪ੍ਰੋਗਰਾਮ ਦੇ ਵਿੱਚ ਆਪਣੇ ਭਾਸ਼ਣ ਦੌਰਾਨ ਨੀਤਾ ਅੰਬਾਨੀ ਨੇ ਉੱਥੇ ਮੌਜੂਦ ਸਾਰੀਆਂ ਹੀ ਔਰਤਾਂ ਦੀ ਤਾਰੀਫ ਕੀਤੀ ਹੈ। ਦੱਸ ਦਈਏ ਕਿ ਮਿਸ ਵਰਲਡ 2024 ਦਾ ਫਿਨਾਲੇ ਇਸ ਸਾਲ ਭਾਰਤ ਵਿੱਚ ਆਯੋਜਿਤ ਕੀਤਾ ਗਿਆ ਸੀ। ਫਿਨਾਲੇ ਦਾ ਆਯੋਜਨ ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ ਚ ਕੀਤਾ ਗਿਆ ਸੀ, ਜਿੱਥੇ ਕਈ ਬਾਲੀਵੁੱਡ ਸਿਤਾਰਿਆਂ ਨੇ ਵੀ ਆਪਣੀ ਪਰਫਾਰਮੈਂਸ ਦਿਖਾਈ। ਇਸ ਵਾਰ ਮੁਕਾਬਲੇ ਦੇ ਵਿੱਚ 115 ਵੱਖ ਵੱਖ ਦੇਸ਼ਾਂ ਦੇ ਪ੍ਰਤੀਯੋਗੀਆਂ ਨੇ ਭਾਗ ਲਿਆ ਹੈ। ਇਸ ਵਾਰ ਮਿਸ ਵਰਲਡ ਦਾ ਖਿਤਾਬ ਯੂਰਪੀਅਨ ਦੇਸ਼ ਚੈੱਕ ਗਣਰਾਜ ਦੀ ਕ੍ਰਿਸਟੀਨਾ ਪਿਜਕੋਵਾ ਨੇ ਜਿੱਤਿਆ, ਜਦੋਂ ਕਿ ਲਿਬਨਾਨ ਦੀ ਯਾਸਮੀਨਾ ਜਾਇਤੋ ਨੇ ਇਸ ਮੁਕਾਬਲੇ ਚ ਪਹਿਲੇ ਰਨਰ ਅਪ ਰਹੀ ਹੈ। ਪਰ ਇਸ ਸਾਰੇ ਮਿਸ ਵਰਲਡ 2024 ਦੇ ਵਿੱਚ ਸਭ ਤੋਂ ਵੱਧ ਚਰਚਾ ਨੀਤਾ ਅੰਬਾਨੀ ਤੇ ਉਹਨਾਂ ਦੀ ਸਾੜੀ ਦੀ ਹੀ ਰਹੀ ਹੈ।